ਇਸ ਵੀਡੀਓ ਚ ਆਪਾਂ ਉਹਨਾਂ 5 ਗਾਣਿਆਂ ਦੀ ਗੱਲ ਕਰਾਂਗੇ ਜਿਹੜੇ ਸਿੱਧੂ ਮਸੂਏ ਵਾਲਾ ਬਾਈ ਦੇ ਜਾਣ ਤੋਂ ਬਾਅਦ ਰਿਲੀਜ਼ ਹੋਏ ਨੇ ਦੇਖਦੇ ਹਾਂ ਕਿ ਇਹਨਾਂ 5 ਗਾਣਿਆਂ ਨੇ 1 ਮਿਲੀਅਨ ਵਿਊਜ਼ ਕਿੰਨੇ ਮਿੰਟ ਦੇ ਵਿੱਚ ਪੂਰੇ ਕੀਤੇ ਸੀ ਨਾਲੇ ਇਹ ਵੀ ਦੇਖਾਂਗੇ ਕਿ ਇਹ 5 ਗਾਣੇ ਜਦੋਂ ਪ੍ਰੀਮੀਅਰ ਤੇ ਚੱਲ ਰਹੇ ਸੀ ਉਦੋਂ ਕਿੰਨੇ ਜਣੇ ਪ੍ਰੀਮੀਅਰ ਤੇ ਲਾਈਵ ਦੇਖ ਰਹੇ ਸੀ ਇਹਨਾਂ ਗਾਣਿਆਂ ਨੂੰ ਵੀਡੀਓ ਦੇ ਲਾਸਟ ਦੇ ਵਿੱਚ ਇਹਨਾਂ 5 ਗਾਣਿਆਂ ਨੂੰ ਆਪਾਂ ਨੰਬਰ ਦੇ ਹਿਸਾਬ ਨਾਲ ਰੱਖਾਂਗੇ ਕਿ ਸਭ ਤੋਂ ਘੱਟ ਸਮੇਂ ਦੇ ਵਿੱਚ 1 ਮਿਲੀਅਨ ਵਿਊਜ਼ ਪੂਰੇ ਕਰਨ ਵਾਲਾ ਕਿਹੜਾ ਗਾਣਾ ਸੀ ਤੋਂ ਜ਼ਿਆਦਾ ਸਮਾਂ ਨਹੀਂ ਲੈਂਦੇ ਆਓ ਵੀਡੀਓ ਸ਼ੁਰੂ ਕਰਦੇ ਹਾਂ ਸਾਸਰੀ ਘਾਲ ਸਾਰਿਆਂ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਪਹਿਲਾ ਰਿਲੀਜ਼ ਹੋਣ ਵਾਲਾ Song SYLC ਇਸ ਗਾਣੇ ਦੀ ਬਹੁਤ ਜ਼ਿਆਦਾ ਹਾਈਪ ਬਣ ਗਈ ਸੀ ਕਿਉਂਕਿ ਇੱਕ ਤਾਂ ਇਹ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਪਹਿਲਾ Song ਸੀ ਦੂਜੇ ਨੰਬਰ ਇਸ ਗਾਣੇ ਦੇ ਰਿਲੀਜ਼ ਹੋਣ ਤੋਂ ਕੁਝ ਟਾਈਮ ਪਹਿਲਾਂ ਹੀ ਇਸ ਗਾਣੇ ਦੀਆਂ ਦੋ ਤਿੰਨ ਲਾਈਨਾਂ ਲੀਕ ਹੋ ਚੁੱਕੀਆਂ ਸੀ ਇਸ ਚੀਜ਼ ਤੋਂ ਪਹਿਲਾਂ ਹੀ ਲੋਕਾਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਇਸ ਗਾਣੇ ਦੇ ਵਿੱਚ ਕੀ ਕੀ ਹੋਣ ਵਾਲਾ ਹੈ ਇਸ ਲਈ ਲੋਕਾਂ ਦੀ ਐਕਸਾਈਟਮੈਂਟ ਬਹੁਤ ਜ਼ਿਆਦਾ ਵੱਧ ਚੁੱਕੀ ਸੀ ਸਿਰਫ ਪੰਜਾਬੀ ਹੀ ਨਹੀਂ ਸਿੱਧੂ ਬਾਈ ਨੂੰ ਦੁਨੀਆ ਭਰ ਚ ਪਿਆਰ ਕਰਨ ਵਾਲੇ ਬਾਕੀ ਲੋਕ ਵੀ ਇਸ ਗਾਣੇ ਦਾ ਇੰਤਜ਼ਾਰ ਕਰ ਰਹੇ ਸੀ ਸੋ ਇਸ ਲਈ ਜਦੋਂ ਇਹ ਗਾਣਾ ਪ੍ਰੀਮੀਅਰ ਤੇ ਲੱਗ ਗਾਣੇ ਨੂੰ 1 ਮਿਲੀਅਨ ਵਿਊਜ਼ ਕੰਪਲੀਟ ਹੋ ਚੁੱਕੇ ਸੀ ਪਰ ਫਿਰ ਕੁਝ ਦਿਨ ਬਾਅਦ ਇਸ ਗਾਣੇ ਨੂੰ ਇੰਡੀਆ ਦੇ ਵਿੱਚੋਂ ਬੈਨ ਕਰਤਾ ਸੀ ਤੇ ਹੁਣ ਤੁਸੀਂ ਆਪਣੀ YouTube ਦੀ ਲੋਕੇਸ਼ਨ ਚੇਂਜ ਕਰਕੇ ਹੀ ਇਸ ਗਾਣੇ ਨੂੰ ਸੁਣ ਸਕਦੇ ਹੋ ਜੇਕਰ ਤੁਸੀਂ ਇੰਡੀਆ ਦੇ ਵਿੱਚ ਹੋ ਤੇ ਫਿਰ ਦੂਜੇ ਨੰਬਰ ਤੇ SYL ਤੋਂ ਬਾਅਦ ਰਿਲੀਜ਼ ਹੋਈ ਸਿੱਧੂ ਮਸੇਵਾਲਾ ਦੀ ਗਾਈ ਹੋਈ ਵਾਰ ਜੇਕਰ ਆਪਾਂ ਵਾਰ ਦੀ ਗੱਲ ਕਰੀਏ ਤਾਂ ਪ੍ਰੀਮੀਅਰ ਤੇ ਲਗਭਗ 2,70,000 ਲੋਕ ਲਾਈਵ ਦੇਖ ਰਹੇ ਸੀ ਇਸ ਨੂੰ ਤੇ ਵਾਰ ਨੇ 1 ਮਿਲੀਅਨ ਵਿਊਜ਼ ਸਿਰਫ 18 ਮਿੰਟ ਦੇ ਵਿੱਚ ਕੰਪਲੀਟ ਕਰ ਲਏ ਸੀ ਜਿਹੜਾ ਕਿ SYL ਤੋਂ ਵੀ ਘੱਟ ਸਮਾਂ ਸੀ ਕਿਉਂਕਿ SYL ਨੇ 30 ਤੋਂ 35 ਮਿੰਟ ਦੇ ਵਿੱਚ 1 ਮਿ ਤੋ ਅੱਗੇ ਆ ਕਿਉਂਕਿ 2.75 ਲੱਖ ਵਾਰ ਨੂੰ ਦੇਖ ਰਹੇ ਸੀ ਐਸਵਾਈਐਲ ਨੂੰ ਪ੍ਰੀਮੀਅਰ ਤੇ 5 ਲੱਖ ਲੋਕ ਦੇਖ ਰਹੇ ਸੀ ਜੇਕਰ ਆਪਾਂ ਮੇਰਾ ਨਾ ਗਾਣੇ ਦੀ ਗੱਲ ਕਰੀਏ ਤਾਂ ਮੇਰਾ ਨਾ Song ਤੋਂ ਪਹਿਲਾਂ ਰਿਲੀਜ਼ ਹੋਈ ਵਾਰ ਦਾ ਵੀ ਰਿਕਾਰਡ ਇਸ ਗਾਣੇ ਨੇ ਤੋੜਤਾ ਸੀ ਪ੍ਰੀਮੀਅਰ ਤੇ ਲਗਭਗ 3 ਲੱਖ ਲੋਕ ਲਾਈਵ ਦੇਖ ਰਹੇ ਸੀ ਸਿਰਫ 16 ਮਿੰਟ ਦੇ ਵਿੱਚ ਮੇਰਾ ਨਾ Song ਨੂੰ 1 ਮਿਲੀਅਨ ਵਿਊਜ਼ ਕੰਪਲੀਟ ਹੋ ਗਏ ਸੀ ਫਿਰ ਗਾਣਾ ਰਿਲੀਜ਼ ਹੋਇਆ ਚੋਰਨੀ ਜੀ ਦੀ ਆਡੀਓ ਤਾਂ ਡਿਵਾਈਨ ਦੇ ਚੈਨਲ ਤੇ ਰਿਲੀਜ਼ ਕੀਤੀ ਗਈ ਤੇ ਵੀਡੀਓ ਸਿੱਧੂ ਬਾਈ ਦੇ ਚੈਨਲ ਤੇ ਰਿਲੀਜ਼ ਕੀਤੀ ਗਈ ਜੇਕਰ ਆਪਾਂ ਚੋਰਨੀ ਦੀ ਗੱਲ ਕਰੀਏ ਤਾਂ ਪ੍ਰੀਮੀਅਰ ਤੇ ਲਗਭਗ ਇਹ ਤਾਂ ਇਸ ਗਾਣੇ ਤੇ 2 ਤੋਂ 3 ਘੰਟੇ ਦੇ ਵਿੱਚ ਵਿੱਚ 1 ਮਿਲੀਅਨ ਵਿਊਜ਼ ਕੰਪਲੀਟ ਹੋਏ ਸੀ ਜਿਹੜੇ ਮੈਂ ਪਿਛਲੇ 3 ਗਾਣਿਆਂ ਦੀ ਗੱਲ ਕੀਤੀ ਹੈ ਚੋਰਨੀ Song ਉਹਨਾਂ 3 ਗਾਣਿਆਂ ਦੇ ਰਿਕਾਰਡ ਨਹੀਂ ਤੋੜ ਪਾਇਆ ਕਿਉਂਕਿ ਇਸ ਗਾਣੇ ਦੇ ਵਿੱਚ ਸਿੱਧੂ ਬਾਈ ਦਾ ਜਿੰਨਾ ਵੀ ਵਰਸ ਸੀ ਉਹਨੂੰ ਡਿਵਾਈਨ ਨੇ ਆਪਣੇ ਸਟੇਜ ਤੇ ਪਹਿਲਾਂ ਹੀ ਪਲੇ ਕਰਤਾ ਸੀ ਇਸ ਤੋਂ ਲੋਕਾਂ ਦੀ ਕ੍ਰਿਓਸਿਟੀ ਖਤਮ ਹੋ ਗਈ ਤੇ ਲੋਕਾਂ ਨੂੰ ਪਤਾ ਚੱਲ ਗਿਆ ਕੀ ਕੀ ਚੀਜ਼ ਲਿਖੀ ਹੈ ਇਹਦੇ ਵਿੱਚ ਤੇ ਤਾਂ ਸਿਰਫ ਇੱਕ ਵੀਡੀਓ ਹੀ ਬਚੀ ਸੀ ਇਸ ਗਾਣੇ ਦੀ ਦੇਖਣ ਵਾਲੀ ਜੇਕਰ ਇਸ ਗਾਣੇ ਦੀ ਵੀਡੀਓ ਨਾ ਹੁੰਦੀ ਤਾਂ ਸ਼ਾਇਦ ਇਹ ਰਿਕਾਰਡ ਵੀ ਨਾ ਕਾਇਮ ਕਰ ਪਾਉਂਦਾ ਚੋਰਨੀ ਕਿ ਕਿਤੇ ਨਾ ਕਿਤੇ ਲੀਕ ਗਾਣ ਇਹ ਗਾਣਾ ਤੁਸੀਂ ਅੱਗੇ ਫੋਰਵਰਡ ਨਾ ਕਰਿਆ ਕਰੋ। ਤੇ ਫਿਰ ਗੱਲ ਕਰਦੇ ਆਂ ਆਪਾਂ ਵਾਚ ਆਊਟ ਗਾਣੇ ਦੀ ਜਿਹੜਾ ਰੀਸੈਂਟਲੀ ਰਿਲੀਜ਼ ਹੋਇਆ। ਜੇਕਰ ਆਪਾਂ ਪ੍ਰੀਮੀਅਰ ਦੇ ਬੇਸ ਤੇ ਦੇਖੀਏ ਤਾਂ ਇਸ ਗਾਣੇ ਨੇ ਵਾਰ ਚੋਰਨੀ ਤੇ ਮੇਰਾ ਨਾਂ ਇਹਨਾਂ ਤਿੰਨਾਂ ਗਾਣੇ ਦਾ ਰਿਕਾਰਡ ਤੋੜਤਾ। ਵਾਚ ਆਊਟ ਗਾਣੇ ਨੂੰ ਲਗਭਗ 4 ਤੋਂ 4.5 ਲੱਖ ਲੋਕ ਲਾਈਵ ਦੇਖ ਰਹੇ ਸੀ। ਜੇਕਰ ਆਪਾਂ ਵਾਚ ਆਊਟ ਗਾਣੇ ਦੇ ਵਿਊਜ਼ ਦੀ ਗੱਲ ਕਰੀਏ ਤਾਂ ਇਹਨੇ ਸਭ ਗਾਣਿਆਂ ਦਾ ਰਿਕਾਰਡ ਤੋੜਤਾ। ਯਾਨੀ ਕਿ ਮੈਂ ਹੁਣ ਤੱਕ 4 ਗਾਣੇ ਦੱਸੇ ਨੇ ਤੇ ਇਹਨਾਂ ਚਾਰਾਂ ਗਾਣਿਆਂ ਦੇ ਵਿੱਚੋਂ ਸਭ ਤੋਂ ਘੱਟ ਸਮੇਂ 'ਚ 1 ਮਿਲੀਅਨ ਵਿ ਲੇਸੀ ਤੇ ਇਸੇ ਕਰਕੇ ਸਿੱਧੂ ਮੂਸੇਵਾਲਾ ਬਾਈ ਇਸ ਗੱਲ ਨੂੰ ਪਹਿਲਾਂ ਹੀ ਲਿਖ ਗਏ ਸੀ ਕਿ ਆਪਣੇ ਰਿਕਾਰਡ ਸਾਰੇ ਆਪ ਹੀ ਮੈਂ ਤੋੜਦੇ ਇਹ ਸਭ ਤੋਂ ਵੱਡੀ ਤੇ ਖੁਸ਼ੀ ਦੀ ਗੱਲ ਹੈ ਸਿੱਧੂ ਬਾਈ ਦੇ ਚਾਣ ਵਾਲਿਆਂ ਦੇ ਲਈ ਕਿਉਂਕਿ ਸਿੱਧੂ ਬਾਈ ਦਾ ਫੈਨ ਬੇਸ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਤੇ ਲੋਕਾਂ ਦੇ ਵਿੱਚ ਉਸ ਤੋਂ ਜ਼ਿਆਦਾ ਐਕਸਾਈਟਮੈਂਟ ਹੁੰਦੀ ਹੈ ਸਿੱਧੂ ਬਾਈ ਦੇ ਕਿਸੇ ਵੀ ਗਾਣੇ ਨੂੰ ਸੁਣਨ ਦੇ ਲਈ ਤੇ ਵਾਚ ਆਊਟ ਗਾਣਾ ਤਾਂ ਫੇਰ ਵੀ ਲੀਕਡ ਗਾਣਾ ਸੀ ਜਿਨੇ ਇੰਨੇ ਵੱਡੇ ਰਿਕਾਰਡ ਕਾਇਮ ਕਰ ਲਏ ਸੋ ਹੁਣ ਜਿਵੇਂ ਕਿ ਮੈਂ ਵੀਡੀਓ ਦੇ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਆਪਾਂ ਨੰਬਰ ਦੇ ਹਿਸਾਬ ਨਾਲ ਇਹਨਾਂ ਗਾਣਿਆਂ ਨੂੰ ਰੱਖਾਂਗੇ 1 ਤੋਂ 5 ਤੱਕ ਪਹਿਲੇ ਰੀਸੈਂਟਲੀ ਰਿਲੀਜ਼ ਹੋਇਆ ਵਾਚ ਆਊਟ ਗਾਣਾ ਜਿਨੇ 1 ਮਿਲੀਅਨ ਵਿਊਜ਼ ਕੀਤੇ ਸੀ 10 ਤੋਂ 14 ਮਿੰਟਾਂ ਦੇ ਵਿੱਚ ਵਿੱਚ ਦੂਜੇ ਨੰਬਰ ਤੇ ਗਾਣਾ ਆਉਂਦਾ ਮੇਰਾ ਨਾ ਜਿਨੇ 16 ਮਿੰਟ ਦੇ ਵਿੱਚ ਵਿੱਚ ਕੰਪਲੀਟ ਕੀਤੇ ਸੀ 1 ਮਿਲੀਅਨ ਵਿਊਜ਼ ਫਿਰ ਆਉਂਦੀ ਹੈ ਸਿੱਧੂ ਬਾਈ ਦੀ ਵਾਰ ਜਿਹੜੀ 18 ਮਿੰਟ ਦੇ ਵਿੱਚ 1 ਮਿਲੀਅਨ ਵਿਊਜ਼ ਕੰਪਲੀਟ ਹੋਏ ਸੀ ਇਸ ਤੋਂ ਬਾਅਦ SYL Song ਜਿਨੇ 30 ਤੋਂ 35 ਮਿੰਟ ਦੇ ਵਿੱਚ 1 ਮਿਲੀਅਨ ਵਿਊਜ਼ ਕੰਪਲੀਟ ਕੀਤੇ ਸੀ ਤੇ ਫਿਰ ਆਉਂਦਾ ਚੋਰਨੀ Song ਜਿਹਦੇ 1 ਮਿਲੀਅਨ ਵਿਊਜ਼ 2 ਤੋਂ 3 ਘੰਟਿਆਂ ਦੇ ਵਿੱਚ ਪੂਰੇ ਹੋਏ ਸੀ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਕੋਈ ਹੋਰ ਰਿਕਾਰਡ ਨਹੀਂ ਤੋੜ ਸਕਿਆ ਅਕਿ ਹੁਣ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਆਪਾਂ ਵੱਧ ਤੋਂ ਵੱਧ ਸਟ੍ਰੀਮਸ ਕਰੀਏ ਇਹ ਵਾਲਾ ਗਾਣਾ ਬਿਲਬੋਰਡ ਤੇ ਵੀ ਜਾਊਗਾ ਕੁਝ ਦਿਨਾਂ ਚ ਅਪਡੇਟ ਆਜੂਗੀ ਇਹ ਸੀ ਅੱਜ ਦੀ ਵੀਡੀਓ ਸੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਤੁਸੀਂ ਦੇਖ ਸਕਦੇ ਹੋ ਮੇਰੇ ਚੈਨਲ ਤੇ ਜਾ ਕੇ ਤੇ ਤੁਸੀਂ ਕਮੈਂਟ ਕਰਕੇ #justiceforsidhumussewala ਜਰੂਰ ਲਿਖਿਓ